ਅਸੀਂ ਨਾ ਡੇਲੀ ਸੈਂਪਲ ਸਾਡੀਆਂ ਟੀਮਸ ਆਊਟਰ ਸਕਰਟਸ ਜਾਂਦੀਆਂ ਆਊਟ ਵਿੱਚ ਟੀਮ ਬਣੀਆਂ ਹੋਈਆਂ ਸ਼ਹਿਰ 'ਚ ਕਰ ਰਹੀਆਂ ਜਾਂ ਕਿਤੇ ਮੈਗਾ ਕੈਂਪ ਲੱਗਦੇ ਪਹਿਲਾਂ ਤਾਂ ਸੈਂਪਲਿੰਗ ਕਰੀਦੀ ਹੈ ਸੈਂਪਲਿੰਗ ਦੇ 1,92,000 ਅਤੇ 907 ਸੈਂਪਲ ਕੀਤੇ ਹੁਣ ਤੱਕ ਜਿਨ੍ਹਾਂ ਦੇ ਵਿੱਚੋਂ ਇਹਨਾਂ ਦੇ ਆਪਣੇ 12,000 ਅਤੇ 900 ਪੋਜ਼ਿਟਿਵ ਹੈ ਟਿਲ ਡੇਟ ਇਹ ਸਾਰੀਆਂ ਟੀਮ ਸ਼ਾਮ ਨੂੰ ਸਾਨੂੰ ਰਿਵਾਈਵ ਕਰਦੀਆਂ ਆ ਕੇ ਰਿਪੋਰਟ ਦਿੰਦੀਆਂ ਆਪਾਂ ਨੂੰ ਅਤੇ ਉਸ ਤੋਂ ਪਤਾ ਚੱਲਦਾ ਕਿਹੜੇ ਕਿਸ ਏਰੀਏ ਤੋਂ ਕਿੰਨੇ ਆਏ ਆ ਆਪਣੇ ਰਿਕਵਰ ਜੇ ਕਿਉਰ ਕੇਸਿਸ ਹੋ ਗਏ ਆਪਣੇ 10,679 ਕਿਉਰ ਕੇਸਿਸ ਹੋ ਚੁੱਕੇ ਆ ਨਹੀਂ ਆਪਣੇ ਕੋਲ ਆਕਸੀਜਨ ਦੀ ਕਮੀ ਕੋਈ ਨਹੀਂ ਹੈ ਜਿੰਨੀ ਚਾਹੀਦੀ ਹੈ ਉਨੀ ਆਪਣੇ ਕੋਲ ਮਾਤਰਾ 'ਚ ਹੈ ਨਹੀਂ ਵੈਕਸੀਨੇਸ਼ਨ ਵੀ ਪੂਰੀ ਸਹੀ ਹੈ ਜੇ ਲੋਕਾਂ ਦਾ ਜਿਹੜਾ ਵਹਿਮ ਹੈ ਜਾਂ ਭਰਮ ਹੈਗਾ ਨਾ ਉਹ ਮਤਲਬ ਅਸੀਂ ਚਾਹੁੰਦੇ ਹਾਂ ਤਾਂ ਹੀ ਅਸੀਂ ਦੋ ਆਊਟਰੀਚ ਦੇ ਕੈਂਪ ਲਗਾ ਰਹੇ ਹਾਂ ਵੈਕਸੀਨੇਸ਼ਨ ਲਈ ਆਪਣੀਆਂ ਕਿੰਨੀਆਂ ਟੀਮਾਂ 41 ਟੀਮ ਸਾਡੀਆਂ ਜਾਂਦੀਆਂ ਪੂਰੇ ਡਿਸਟ੍ਰਿਕਟ 'ਚ ਅਪੀਲ ਇਹੀ ਕਰਨਾ ਚਾਹੂੰਗੀ ਕਿ ਵੈਕਸੀਨੇਸ਼ਨ ਹੀ ਇੱਕ ਜਿਹੜਾ ਇਹਦਾ ਤੋੜ ਹੈ ਇੱਕ ਜਿਹੜੀਆਂ ਜ਼ਰੂਰੀ ਹਦਾਇਤਾਂ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਮਾਸਕ ਪਾਉਣੇ ਵਾਰ ਵਾਰ ਹੱਥ ਧੋਣੇ ਅਤੇ ਸੋਸ਼ਲ ਡਿਸਟੈਂਸ ਰੱਖਣਾ ਖਰਾਬ ਹੁੰਦੇ ਸਿਵਲ ਹੋਸਪਿਟਲ ਸਾਡੀਆਂ ਪੂਰੀਆਂ ਤਿਆਰੀਆਂ ਆਪਣੇ ਕੋਲ 100 ਬੈੱਡ ਹੈ ਹੋਸਪਿਟਲ 'ਚ ਜਿਨ੍ਹਾਂ 'ਚ ਅਸੀਂ 25 ਬੈੱਡ 50 ਬੈੱਡ ਸਭ ਰੱਖੇ ਹੋਏ ਹੈ ਇੱਥੇ ਆਕਸੀਜਨ ਵੀ ਹੈ ਪੂਰਾ ਸਟਾਫ ਵੀ ਹੈ ਕੁਛ ਹੋਰ ਸਟਾਫ ਵਾਸਤੇ ਵੀ ਸਰਕਾਰ ਨੂੰ ਕਹਿ ਦਿੱਤਾ ਗਿਆ ਟੋਟਲ ਸੈਂਪਲ ਜਿਹੜੇ ਕਲੈਕਟ ਹੋਏ ਹੁਣ ਤੱਕ 1,92,000 ਅਤੇ 907 ਹੋਏ ਹੈ ਜਿਨ੍ਹਾਂ 'ਚ ਟੋਟਲ ਪੋਜ਼ਿਟਿਵ ਕੇਸ ਟਿਲ ਡੇਟ 12,900 ਹੋਏ ਹੈ ਜਿਨ੍ਹਾਂ ਦੇ ਵਿੱਚੋਂ ਕਿਉਰਡ ਕੇਸਿਸ ਹੋਏ ਆ 10,679 ਕਿਉਰਡ ਕੀਤੇ ਆ ਜਿਹਨਾਂ 'ਚ ਹੋਮ ਆਈਸੋਲੇਸ਼ਨ ਦੇ ਜਿਹੜੇ ਆਪਣੇ ਕੇਸ ਹੁੰਦੇ 485 ਹੈ ਜੀ ਡੇਟ ਤੱਕ ਠੀਕ ਹੈ ਅਤੇ ਜਿਹੜੀ ਵੈਕਸੀਨੇਸ਼ਨ ਦੇ ਟੋਟਲ ਬੈਨੀਫਿਸ਼ਰੀ ਜਿਹੜੇ ਆਪਣੇ ਕੋਲ ਹੈਗੇ ਅੱਜ ਬੈਨੀਫਿਸ਼ਰੀ ਟੋਟਲ 1,83,000 ਅਤੇ 586 ਜਿਨ੍ਹਾਂ ਦੇ ਵਿੱਚੋਂ ਆਪਣੇ 94,000 ਅਤੇ 268 ਇਹ ਕੱਲ੍ਹ ਤੱਕ ਹੋਏ ਸੀ ਜਿਨ੍ਹਾਂ ਦੇ ਵਿੱਚੋਂ 2,000 ਅੱਜ ਹੋ ਜਾਣਗੇ ਮੈਨੂੰ ਲੱਗਦਾ ਕਿ 1,00,000 ਦਾ ਟੀਚਾ ਪਾਰ ਹੋ ਜਾਊਗਾ 30 ਤਰੀਕ ਤੱਕ ਜਦਕਿ ਗੱਲ ਕੀਤੀ ਜਾਵੇ ਜਿੱਦਾਂ ਕੋਵਿਡ-19 ਦੀ ਦੂਸਰੀ ਜਿਹੜੀ ਲਹਿਰ ਹੈ ਇਹਦੇ ਵਿੱਚ ਕਪੂਰਥਲਾ ਸਿਵਲ ਹਸਪਤਾਲ ਨੂੰ ਕੀ ਤਿਆਰੀਆਂ ਕੀਤੀਆਂ ਸਿਵਲ ਹਸਪਤਾਲ ਕਪੂਰਥਲਾ ਦੀਆਂ ਤਿਆਰੀਆਂ ਪੂਰੀਆਂ ਮੁਕੰਮਲ ਹੈ ਵੈਸੇ ਤਾਂ ਆਪਣੇ ਜਿਹੜੇ ਨਾਲ ਦੇ ਜ਼ਿਲ੍ਹਿਆਂ 'ਚ ਹੋਸਪਿਟਲ 'ਚ ਲੋਕ ਜ਼ਿਆਦਾ ਪ੍ਰੈਫਰ ਕਰਦੇ ਆ ਜੇ ਆਪਣੇ ਕੋਲ ਵੀ ਜਿਹੜੇ ਆਉਣਾ ਚਾਹੁਣ ਤਾਂ ਆਪਣੇ ਕੋਲ ਉਦਾਂ ਦਾ ਪੂਰਾ ਇੰਤਜ਼ਾਮ ਹੈ ਹਾਂ ਲੋਕਾਂ ਨੂੰ ਇਹੀ ਅਪੀਲ ਕਰਾਂਗੇ ਥੋੜ੍ਹਾ ਜਿਹਾ ਧੀਰਜ ਬਣਾ ਕੇ ਰੱਖਣ ਆਕਸੀਜਨ ਦੀ ਕਪੂਰਥਲਾ ਡਿਸਟ੍ਰਿਕਟ 'ਚ ਕੋਈ ਕਮੀ ਨਹੀਂ ਫਿਲਹਾਲ ਸੋ ਜਿਹੜੀ ਵੈਕਸੀਨੇਸ਼ਨ ਹੈਗੀ ਹੈ ਵੈਕਸੀਨੇਸ਼ਨ ਦੀ ਕੋਈ ਵੀ ਸਾਈਡ ਇਫੈਕਟ ਨਹੀਂ ਹੈ ਜਿਹੜੀਆਂ ਲੋਕਾਂ ਦੀਆਂ ਧਾਰਨਾ ਆ ਬਹੁਤ ਗਲਤ ਹੈ ਮੈਂ ਤਾਂ ਇਹੀ ਆਪਣੇ ਨਾਗਰਿਕਾਂ ਨੂੰ ਅਪੀਲ ਕਰੂੰਗੀ ਕਿ ਵੱਧ ਤੋਂ ਵੱਧ ਵੈਕਸੀਨੇਸ਼ਨ ਕਰਵਾਉਣ ਅਤੇ ਬਾਕੀਆਂ ਨੂੰ ਵੀ ਪ੍ਰੇਰਿਤ ਕਰਨ